ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਤੁਹਾਡਾ ਆਪਣੇ ਯੂਟਿਊਬ ਚੈਨਲ 'ਤੇ। ਪੰਜਾਬ ਪੁਲਿਸ ਕੋਂਸਟੇਬਲ ਦੇ ਪੇਪਰ ਚੱਲਦੇ ਪਏ ਆ ਜੀ। ਅੱਜ ਆਪਾਂ 26 ਅਗਸਤ ਨੂੰ ਜੋ ਪੇਪਰ ਹੋਇਆ ਜੀ ਮੋਰਨਿੰਗ ਦੇ ਇਨੀਸ਼ੀਏਟਿਵ ਦੇ ਵਿੱਚ, ਬਲਕਿ ਪਹਿਲੀ ਅਤੇ ਦੂਜੀ ਸ਼ਿਫਟ ਦੇ ਜਿਹੜੇ ਸਵਾਲ ਆਏ ਸੀ, ਆਪਾਂ ਉਹਦੇ ਐਨਾਲਿਸਿਸ ਕਰਾਂਗੇ ਜੀ ਕਿ ਕਿਸ ਤਰ੍ਹਾਂ ਦੇ ਸਵਾਲ ਆ ਰਹੇ ਆ ਜੀ, ਉਹਦੇ ਆਂਸਰ ਵੀ ਦਿੱਤੇ ਹੋਣਗੇ ਜੀ। ਅਤੇ ਬਾਕੀ ਮੈਂ ਪਲੇਲਿਸਟ ਬਣਾਈ ਹੋਈ ਆ, ਜਿਹੜੇ ਜਿਹੜੇ ਸਵਾਲ ਪੇਪਰ ਪਹਿਲਾਂ ਆਏ ਸੀ ਉਹਨਾਂ ਦੇ ਕਿਹੜੇ ਕਿਹੜੇ ਸਵਾਲ ਆਏ ਸੀ, ਉਹਨਾਂ ਦੇ ਆਂਸਰ ਦਿੱਤੇ ਹੋਏ ਆ ਜੀ। ਬਸ ਜਿਹੜੇ ਨਵੀਂ ਨਵੀਂ ਸਟਾਰਟਿੰਗ ਵੀਡੀਓਸ ਉਹਦੇ ਵਿੱਚ ਹੀ ਤੁਹਾਨੂੰ ਮਿਲ ਗਏ ਆਂਸਰ ਨਹੀਂ ਮਿਲਣਗੇ। ਬਾਕੀ ਮੈਂ ਇੱਕ ਵੱਖਰੀ ਵੀਡੀਓ ਬਣਾਈ ਸੀ, ਉਹਦੇ ਵਿੱਚ ਮੈਂ ਸਾਰੇ ਹੀ ਕਵਰ ਕਰਤੇ ਸੀ, ਠੀਕ ਹੈ ਜੀ। ਅਤੇ ਅੱਜ ਆਪਾਂ ਕਿੱਦਾਂ ਸਵਾਲ ਆਏ ਜੀ, ਬਾਕੀ ਕਿ ਜਿਹੜਾ ਮੈਥ ਹੋ ਗਿਆ, ਰੀਜਨਿੰਗ ਹੋ ਗਿਆ, ਪੰਜਾਬੀ ਇੰਗਲਿਸ਼ ਹੋ ਗਿਆ, ਕੰਪਿਊਟਰ ਹੋ ਗਿਆ, ਪੇਪਰ ਦਾ ਸਿਲੇਬਸ ਸੇਮ ਹੀ ਆ, ਉਹਦੇ ਅਕੋਰਡਿੰਗ ਹੀ ਆ ਰਿਹਾ ਜਿੱਦਾਂ ਪਹਿਲਾਂ ਸਵਾਲ ਆ ਰਹੇ ਸੀ, ਜਿਹਦੇ ਇਹਦੇ ਆ ਰਹੇ ਸੀ। ਬਾਕੀ ਕਿ ਆਰਟੀਕਲ ਹੀ ਉਹੀ ਆ ਰਹੇ ਆ, ਬਸ ਸਕੀਮ ਬਾਰੇ ਪੁੱਛਿਆ ਜਾ ਰਿਹਾ। ਕਈ ਸਵਾਲ ਇੱਦਾਂ ਦੇ ਆ ਕਿ ਉਹਦੇ ਨਾਲ ਮਿਲਦੇ ਜੁਲਦੇ, ਜਾਂ ਸਕੀਮ ਆ, ਸਕੀਮ ਆਉਂਦੀ ਹੈ ਬਈ ਆ, ਠੀਕ ਆ। ਕੋਈ ਕਿਸੇ ਇਮਾਰਤ ਬਾਰੇ ਆ ਰਿਹਾ ਵਾ, ਜਾਂ ਆਰਟੀਕਲ ਬਾਰੇ ਆ ਰਿਹਾ, ਉਹ ਚੀਜ਼ਾਂ ਆ ਰਹੀਆਂ ਨੇ। ਬਾਕੀ ਕਿ ਉਹ ਘੁਮਾ ਫਰਾਕ ਪੁੱਛ ਰਿਹਾ, ਵੱਖਰੀ ਵੱਖਰੀ ਚੀਜ਼ ਪੁੱਛ ਰਿਹਾ, ਠੀਕ ਹੈ ਜੀ। ਤੁਸੀਂ ਉਹਦੇ ਨਾਲ ਮਿਲਦੀ ਜੁਲਦੀ ਤੁਸੀਂ ਚੀਜ਼ਾਂ ਸਾਰੀਆਂ ਪੁੱਛ ਲੈਣੀਆਂ ਨੇ। ਜਿੱਦਾਂ ਜਨਗਣਨਾ ਨਾਲ ਰਿਲੇਟਡ ਵੀ ਸਵਾਲ ਆਉਂਦਾ ਹੀ ਪਿਆ ਵਾ, ਇਸ ਕਰਕੇ ਤੁਸੀਂ ਉਹ ਵੀ ਪੜ੍ਹ ਲੈਣਾ ਵਾ। ਅਤੇ ਆਪਾਂ ਸਟਾਰਟ ਕਰਦੇ ਹਾਂ ਜੀ। ਪਹਿਲਾ ਸਵਾਲ ਆਇਆ ਸੀ ਕਿ ਮਹਾਰਾਜਾ ਰਣਜੀਤ ਸਿੰਘ ਕਿਸ ਮਿਸਲ ਨਾਲ ਸੰਬੰਧਿਤ ਆ ਜੀ? ਉਹ ਆ ਜੀ ਸ਼ੁਕਰ ਚੱਕੀਆਂ ਮਿਸਲ। ਅਤੇ ਪਹਿਲੀਆਂ ਦੋ ਮਿਸਲਾਂ ਬਾਰੇ ਇੱਕ ਪੁੱਛਿਆ ਸੀ, ਇੱਕ ਦਿਨ ਨਕਈ ਮਿਸਲ ਬਾਰੇ ਪੁੱਛਿਆ ਸੀ ਉਹਦੇ, ਕਿ ਉਹ ਕਿਹਨਾਂ ਨੇ ਮਤਲਬ ਕਿ ਸੰਸਥਾਪਕ ਕੌਣ ਸੀ ਉਹਦੇ, ਠੀਕ ਆ ਜੀ, ਮੋਢੀ। ਅੱਗੇ ਇੱਕ ਪੁੱਛਿਆ ਜੀ ਮੋਤੀ ਬਾਗ ਮਹਿਲ ਬਾਰੇ ਪੁੱਛਿਆ, ਕਿਸ ਨੇ ਬਣਾਇਆ ਜੀ? ਮਹਾਰਾਜਾ ਨਰਿੰਦਰ ਸਿੰਘ ਨੇ। ਜਿੰਨੇ ਵੀ ਮਹਿਲ ਹੈਗੇ ਉਹਨਾਂ ਬਾਰੇ ਤੁਸੀਂ ਪੜ੍ਹ ਲੈਣੀ, ਜਾਂ ਇਮਾਰਤਾਂ ਹੈਗੀਆਂ ਨੇ ਤੁਸੀਂ ਪੜ੍ਹ ਲੈਣੀਆਂ ਜੀ ਸਾਰੀਆਂ। ਇੱਕ ਆਇਆ ਸੀ OSI ਦੀ ਫੁੱਲ ਫਾਰਮ ਪੁੱਛੀ ਸੀ ਜੀ, ਓਪਨ ਸਿਸਟਮ ਇੰਟਰਕਨੈਕਸ਼ਨ ਆ ਜੀ, ਕੇਂਦਰੀ ਸ਼ਾਸਿਤ ਪ੍ਰਦੇਸ਼ ਬਣਾਉਣ ਬਾਰੇ, ਠੀਕ ਹੈ, ਜਾਂ ਕੇਂਦਰੀ ਸ਼ਾਸਿਤ ਪ੍ਰਦੇਸ਼ ਬਾਰੇ ਜਿੱਥੇ ਪੁੱਛਿਆ ਜਾਂਦਾ ਜੀ, ਉਹ ਪਹਿਲੀ ਅਨੁਸੂਚੀ ਵਿੱਚ ਪੁੱਛਿਆ ਜਾਂਦਾ ਜੀ। ਅਤੇ ਜਿੰਨੀਆਂ 12 ਸੂਚੀ ਹੈਗੀਆਂ ਨੇ ਉਹ ਕਿਹੜੇ ਕਿਸ ਕਿਸ ਨਾਲ ਸੰਬੰਧਿਤ ਆ? ਪਹਿਲਾਂ 8 ਹੁੰਦੀਆਂ ਸੀ, 2 ਨਵੀਂ 4 ਨਵੀਆਂ ਬਣੀਆਂ ਨੇ, ਉਹ ਕਿਦੋਂ ਕਿਦੋਂ ਬਣੀਆਂ ਨੇ, ਕਿਦੋਂ ਕਿਤੋਂ ਸੋਧਾਂ ਹੋਈਆਂ ਨੇ, ਐਕਟ ਉਹ ਸਾਰੇ ਪੜ੍ਹ ਲੈਣੇ ਨੇ। ਇੱਕ ਆਇਆ ਸੀ ਸਵਾਲ ਕਿ ਮਿਊਂਸੀਪਲ ਇਲੈਕਸ਼ਨ ਹੁੰਦੀ ਆ ਜੋ ਕੰਡਕਟ ਕਰਵਾਈ ਜਾਂਦੀ, ਕਿਹਦੇ ਦੁਆਰਾ ਕਰਵਾਈ ਜਾਂਦੀ ਆ ਜੀ? ਸਟੇਟ ਇਲੈਕਸ਼ਨ ਕਮਿਸ਼ਨ ਦੁਆਰਾ। ਇੱਕ ਸਵਾਲ ਸੀ IMEI ਦੀ ਫੁੱਲ ਫੋਰਮ ਪੁੱਛੀ ਸੀ ਜੀ, ਇੰਟਰਨੈਸ਼ਨਲ ਮੋਬਾਈਲ ਇਕਿਊਪਮੈਂਟ ਆਈਡੈਂਟੀ। ਇੱਕ ਆਇਆ ਸੀ ਜੀ ਬਾਘਾ ਬਾਰਡਰ ਕਿਸ ਜ਼ਿਲ੍ਹੇ ਵਿੱਚ ਆ ਜੀ? ਅੰਮ੍ਰਿਤਸਰ ਦੇ ਵਿੱਚ ਆ ਜੀ। ਕਿਹੜੇ ਜ਼ਿਲ੍ਹੇ ਵਿੱਚ, ਕਿਹੜੇ ਜ਼ਿਲ੍ਹੇ ਆਉਂਦੇ ਆ ਜੀ? ਦੁਆਬੇ ਖੇਤਰ ਵਿੱਚ ਆਉਂਦੇ ਆ ਜੀ, ਉਹ ਆ ਜੀ ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ। ਅੱਜ ਦੇ ਪੇਪਰ ਵਿੱਚ ਇਹ ਪੁੱਛਿਆ ਗਿਆ ਸੀ ਕਿਹੜਾ ਜ਼ਿਲ੍ਹਾ ਵਾ, ਤਾਂ ਉਹ ਇੱਕ ਦਿੱਤਾ ਸੀ ਸਹੀ, ਬਾਕੀ ਗਲਤ ਦੱਸੇ ਜੀ। ਤਾਂ ਤੁਹਾਨੂੰ 24 ਪਤਾ ਹੋਣਾ ਚਾਹੀਦਾ, ਬਾਕੀ ਤੁਸੀਂ ਬਾਕੀਆਂ ਬਾਰੇ ਵੇਖ ਲੈਣਾ, ਜਿੱਦਾਂ ਮਾਝੇ ਦੇ ਕਿਹੜੇ ਕਿਹੜੇ ਆ, ਦੁਆਬੇ ਦੇ ਕਿਹੜੇ ਕਿਹੜੇ ਆ, ਮਵਾਨ ਦੇ ਕਿਹੜੇ ਕਿਹੜੇ ਆ, ਅਤੇ ਮਾਲਵੇ ਦੇ ਕਿਹੜੇ ਕਿਹੜੇ ਆ, ਠੀਕ ਹੈ ਜੀ। ਅਤੇ ਗੋਲਡਨ ਟੈਂਪਲ ਕਹਿੰਦੇ ਕਿ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਜੀ? ਹਰਿਮੰਦਰ ਸਾਹਿਬ ਨਾਲ ਜਾਣਿਆ ਜਾਂਦਾ ਜੀ। ਜਦੋਂ ਆਪਾਂ ਈਮੇਲ ਭੇਜਦੇ ਹਾਂ ਜੀ, ਈਮੇਲ ਦੇ ਵਿੱਚ ਕੋਈ ਫਾਈਲ ਭੇਜਦੇ ਹਾਂ, ਉਹਦੇ ਲਈ ਕੀ ਕਿਸ ਦੀ ਵਰਤੋਂ ਕਰਦੇ ਹਾਂ ਜੀ? ਅਟੈਚਮੈਂਟ ਦੀ। ਹਾਈਐਸਟ ਹਾਈਡਰੋ ਇਲੈਕਟ੍ਰਿਕ ਡੈਮ ਆ ਜੀ, ਉਹ ਕਿਹੜਾ ਜੀ? ਉਹ ਜੀ ਟਹਿਰੀ ਡੈਮ, ਉੱਤਰਾਖੰਡ ਦੇ ਵਿੱਚ ਆ ਜੀ। ਇਹ ਜੀ ਉਸ ਮੇਲੇ ਦਾ ਕਹਿੰਦੇ ਕਿ ਨਾਂ ਦੱਸੋ ਕਿ ਜਿਹਦੇ ਵਿੱਚ ਪੇਂਡੂ ਖੇਡਾਂ ਹੁੰਦੀਆਂ ਜੀ, ਕਿਲ੍ਹਾ ਰਾਏਪੁਰ ਸਪੋਰਟਸ ਫੈਸਟੀਵਲ, ਠੀਕ ਆ ਜੀ। ਅਤੇ ਇਹਨੂੰ ਪੇਂਡੂ ਓਲੰਪਿਕ ਵੀ ਕਿਹਾ ਜਾਂਦਾ ਜੀ, ਇਹ ਲੁਧਿਆਣੇ ਵਿੱਚ ਹੁੰਦੀਆਂ ਨੇ, ਠੀਕ ਆ ਜੀ। ਅਤੇ ਦੂਜੀ ਦੋਵਾਂ ਸ਼ਿਫਟਾਂ ਦੇ ਵਿੱਚ ਰਿਪੀਟ ਅਸੀਂ ਇਸ ਵਿੱਚ ਪੁੱਛਿਆ ਸੀ ਕਿਹੜੀਆਂ ਨੇ, ਅਤੇ ਦੂਜੇ ਦੇ ਪੁੱਛਿਆ ਸੀ ਸ਼ਿਫਟ ਵਿੱਚ ਕਿ ਕਿੱਥੇ ਆ, ਠੀਕ ਆ ਜੀ। ਅਤੇ ਇੱਕ ਆਇਆ ਸੀ ਸਵਾਲ ਕਿ 2011 ਅਨੁਸਾਰ ਲਿੰਗ ਅਨੁਪਾਤ ਪੰਜਾਬ ਦਾ 895 ਆ ਜੀ, 2011 ਦੀ ਜਨਗਣਨਾ ਅਕੋਰਡਿੰਗ ਪੁੱਛਿਆ ਸੀ ਜੀ। ਇੱਕ ਪੁੱਛਿਆ ਸੀ 2001 ਤੋਂ 2011 ਵਿੱਚ ਆਬਾਦੀ ਵਿੱਚ ਵਾਧਾ ਪੰਜਾਬ ਦਾ 13.73%, ਠੀਕ ਆ ਜੀ। ਮੈਨੂੰ ਪੰਜਾਬ ਦਾ ਕਿਸੇ ਕੈਂਡੀਡੇਟ ਨੇ ਕਿਹਾ ਸੀ, ਬਾਕੀ ਕਮੈਂਟ ਬਾਕਸ ਵਿੱਚ ਮੈਨੂੰ ਸਵਾਲ ਦੱਸ ਦਿਆ ਕਰੋ ਕਿ ਕਿਹੜੇ ਕਿਹੜੇ ਸਵਾਲ ਆਏ ਸੀ ਜੀ, ਕਿਉਂਕਿ ਮੈਨੂੰ ਜਿੱਦਾਂ ਕੋਈ ਕੈਂਡੀਡੇਟ ਸਵਾਲ ਦੱਸਦੇ ਮੈਂ ਉਹਦਾ ਆਂਸਰ ਬਣਾ ਕੇ ਤੁਹਾਨੂੰ ਦੱਸ ਦਿੰਦਾ ਵਾਂ, ਠੀਕ ਆ ਜੀ। ਅਤੇ ਬਾਕੀ ਇਹਦੇ ਨਾਲ ਮਿਲਦੇ ਜੁਲਦੇ ਇਫੈਕਟ ਵੀ ਕਲੀਅਰ ਦੱਸ ਦਿੰਦਾ ਵਾਂ। ਬਾਕੀ ਤੁਸੀਂ ਪੁਰਾਣੀ ਅਨਾਲਿਸਿਸ ਵੀਡੀਓ ਦੇਖੋਗੇ, ਬਹੁਤ ਚੀਜ਼ਾਂ ਹੈ ਸਵਾਲ ਹੈਗੇ ਇੱਦਾਂ ਦੇ ਜਿਹੜੇ ਰਿਪੀਟ ਹੋਏ ਆ ਜੀ, ਜਾਂ ਮੈਂ ਇੰਪੋਰਟੈਂਟ ਫੈਕਟਰ ਵੀ ਦੱਸੇ ਹੋਏ ਸੀ ਉਹ ਆਏ ਹੋਏ ਆ। ਅਤੇ ਇਸ ਕਰਕੇ ਅਨਾਲਿਸਿਸ ਦੀ ਵੀਡੀਓ ਦੇਖ ਲਿਆ ਕਰੋ, ਕਿਉਂਕਿ ਜਿਹਨਾਂ ਦੇ ਪੇਪਰ ਨੇ ਉਹ ਵੀ ਦੇਖਣ, ਜਿਨ੍ਹਾਂ ਨੇ ਪੇਪਰ ਦੇ ਚੁੱਕੇ ਆ, ਜਾਂ ਕੋਈ ਭਰਿਆ ਨਹੀਂ ਆ, ਜਾਂ ਕੋਈ ਪੰਜਾਬ ਦੇ ਐਗਜ਼ਾਮ ਦੇਣੇ, ਉਹ ਜ਼ਰੂਰ ਦੇਖਿਆ ਕਰਨ, ਕਿਉਂਕਿ ਕਈ ਵਾਰ GK ਦੇ ਇੱਦਾਂ ਦੇ ਸਵਾਲ ਹੋ ਜਾਂਦੇ, ਉਹ ਰਿਪੀਟ ਹੋ ਜਾਂਦੇ ਆ, ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਇਹਦਾ ਆਂਸਰ ਕੀ ਸੀ। ਇੱਕ ਡਾਇਮੰਡ ਲੀਗ ਵਿਜੇਤਾ ਪੁੱਛਿਆ ਸੀ, ਕਿੰਨੇ ਜਿੱਤੀ ਆ ਜੀ ਡਾਇਮੰਡ ਲੀਗ? ਨਰਿੰਦਰ ਚੋਪੜਾ, ਜੈਵਲਿਨ ਥਰੋ ਜਿਹੜਾ ਹੈਗਾ ਆਪਣਾ। ਇੱਕ ਗਵਰਨਰ ਦੇ ਕੰਮ ਨਾਲ ਸੰਬੰਧਿਤ ਆਰਟੀਕਲ ਆਇਆ ਸੀ, ਮੈਨੂੰ ਉਹਦੇ ਬਾਰੇ ਨਹੀਂ ਪਤਾ ਕਿ ਕੀ ਆਇਆ ਸੀ ਕੰਮ, ਤਾਂ ਉਹ ਮੈਨੂੰ ਦੱਸਿਆ ਨਹੀਂ ਕਿਸੇ ਨੇ, ਬਸ ਇੰਨਾ ਦੱਸਿਆ ਕਿ ਆਰਟੀਕਲ ਨਾਲ ਸੰਬੰਧਿਤ ਸੀ, ਇੱਦਾਂ ਸਾਨੂੰ ਪਤਾ ਨਹੀਂ ਹੈ। ਅਤੇ ਮੌਲਿਕ ਕਰਤੇ ਪੁੱਛੇ ਸੀ ਜੀ, ਸਟੇਟਮੈਂਟ ਵਾਈਜ਼ ਸੀ ਕਿ ਸਹੀ ਦੱਸੇ ਸੀ, ਅਤੇ ਉਹਨਾਂ ਨੂੰ ਦੱਸਿਆ ਕਿ ਕਿਹੜੇ ਸਹੀ ਆ ਕਿਹੜੇ ਗਲਤ ਆ, ਉਹ ਤੁਹਾਨੂੰ ਪਤਾ ਹੋਣਾ ਚਾਹੀਦਾ। ਜਿਹੜੇ ਹੈਗੇ ਆ 11 ਮੌਲਿਕ ਕਰਤੇ ਜਿੰਨੇ ਆਪਣੇ ਹੈਗੇ ਆ, ਉਹ ਤੁਸੀਂ ਪੜ੍ਹ ਲੈਣੇ ਆ, ਠੀਕ ਆ ਜੀ। ਇੱਕ ਆਇਆ ਸੀ ਖੇਡ ਨਾਲ ਸੰਬੰਧਿਤ, ਸੀਨੀਅਰ ਵੂਮੈਨ ਹਾਕੀ ਟੂਰਨਾਮੈਂਟ ਕਿੱਥੇ ਹੋਇਆ ਜੀ? ਉਹ ਕਾਕੀਨਾਡਾ ਵਿੱਚ ਹੋਇਆ ਜੀ, ਆਂਧਰਾ ਪ੍ਰਦੇਸ਼, ਠੀਕ ਆ ਜੀ। ਇਹਦੇ ਵਿੱਚ ਮੱਧ ਪ੍ਰਦੇਸ਼ ਜਿੱਤਿਆ ਸੀ, ਅਤੇ ਮਹਾਰਾਸ਼ਟਰ ਨਾਲ ਮੈਚ ਹੋਇਆ ਸੀ ਜਦੋਂ। ਐਕਸਲ ਅਤੇ ਪਾਵਰ ਪੁਆਇੰਟ ਦੀ ਟੈਬ ਬਾਰੇ ਪੁੱਛਿਆ ਜਾ
ਫੰਕਸ਼ਨ ਹੈਗੇ ਆ। ਇੱਕ ਗੁਰੂ ਨਾਨਕ ਦੇਵ ਜੀ ਦੇ ਬਾਰੇ ਪੁੱਛਿਆ ਕਿ ਉਦਾਸੀਆਂ ਟਾਈਮ ਦੇ ਸਮੇਂ ਨਾਲ ਕੌਣ ਸੀ ਜੀ? ਤੋ ਭਾਈ ਮਰਦਾਨਾ ਜੀ ਸਨ ਆਪਸ਼ਨ ਦੇ ਅੰਦਰ, ਠੀਕ ਹੈ ਜੀ। ਇੱਕ ਪੁੱਛਿਆ ਸੀ ਜਾਗੋ ਸਮੇਂ ਨਾਚ ਪੁੱਛਿਆ ਸੀ ਉਹ ਗਿੱਧਾ ਕੀਤਾ ਜਾਂਦਾ ਜੀ। 42 ਸੌ ਦੇ ਬਾਰੇ ਪੁੱਛਿਆ ਜੀ ਕਦੋਂ ਹੋਈ ਸੀ? 1976 ਵਿੱਚ ਹੋਈ ਸੀ ਅਤੇ ਮੌਲਿਕ ਕਰਤੇ ਸੰਵਿਧਾਨ ਵਿੱਚ ਜੋੜੇ ਗਏ ਸਨ ਜੀ। ਅਤੇ ਲਕਸ਼ਦੀਪ ਦੀ ਕੈਪੀਟਲ ਪੁੱਛੀ ਜੀ ਕਵਰਤੀ, ਠੀਕ ਹੈ, ਯੂਟੀ ਆ ਜੀ ਇਹ। ਅਤੇ ਤੁਸੀਂ ਜਿੰਨੀਆਂ ਵੀ ਹੈਗੀਆਂ ਜੀ ਆਪਣੀਆਂ ਸਟੇਟਾਂ ਹੈਗੀਆਂ ਜੋ ਰਾਜਧਾਨੀ ਉਹਨਾਂ ਦੀਆਂ ਹੈਗੀਆਂ, ਯੂਟੀ ਦੀਆਂ ਰਾਜਧਾਨੀ ਸਾਰੀਆਂ ਪੜ੍ਹ ਲੈਣੀਆਂ ਨੇ। ਆਰਟੀਕਲ 44 ਪੁੱਛਿਆ ਸੀ ਜੀ ਇਹ ਦੋ ਤਿੰਨ ਵਾਰੀ ਰਿਪੀਟ ਹੋ ਗਿਆ ਜੀ, ਸਮਾਨ ਸਿਵਲ ਸਹਾਇਤਾ ਜੀ, ਸਿਵਲ ਰਾਈਟ ਕਹਿ ਦਿੰਦੇ ਆਪਾਂ ਉਹਨੂੰ। ਆਰਟੀਕਲ 13 ਬਾਰੇ ਪੁੱਛਿਆ ਸੀ, ਇਹਦੇ ਵਿੱਚ ਦੱਸਦੇ ਕਿ ਕਾਨੂੰਨ ਦੀ ਪਰਿਭਾਸ਼ਾ ਹੈਗੀ ਆ ਜੀ, ਉਹਦੀ ਬਣਤਰ ਬਾਰੇ ਦੱਸਿਆ ਜਾਂਦਾ ਜੀ। ਅਤੇ ਜੇ ਮੌਲਿਕ ਕਰਤੱਵ ਦੀ ਆਪਣੀ ਲੰਘਣਾ ਹੁੰਦੀ ਆ ਜੀ ਤਾਂ ਆਪਾਂ ਕੋਰਟ ਵਿੱਚ ਚੁਣੌਤੀ ਕਰ ਸਕਦੇ ਹਾਂ ਜੀ, ਇਹ ਆਰਟੀਕਲ 13 ਕਹਿੰਦਾ ਜੀ। ਕਾਲੀ ਮਾਤਾ ਮੰਦਿਰ ਕਿਸ ਨੇ ਬਣਾਇਆ ਜੀ? ਕਿਹੜੇ ਰਾਜਾ ਬਾਰੇ ਪੁੱਛਿਆ ਸੀ ਜੀ? ਮਹਾਰਾਜਾ ਭੁਪਿੰਦਰ ਸਿੰਘ ਨੇ ਬਣਾਇਆ ਸੀ ਜੀ। ਜਲੰਧਰ ਕਿਸ ਲਈ ਕਹਿੰਦੇ ਮਸ਼ਹੂਰ ਆ ਜੀ? ਅਤੇ ਖੇਡਾਂ ਸਮਾਨ ਲਈ ਮਸ਼ਹੂਰ ਆ, ਪਰ ਇੱਕ ਗੱਲ ਹੋਰ ਜੀ, ਠੀਕ ਹੈ ਜੀ, ਉਹ ਤੁਹਾਨੂੰ ਕਿਸੇ ਨੂੰ ਕਿਸੇ ਨੂੰ ਪਤਾ ਹੋਣੀ, ਚਮੜੇ ਦੇ ਉਦਯੋਗ ਲਈ ਵੀ ਪ੍ਰਸਿੱਧ ਆ, ਕਿਉਂਕਿ ਪੇਪਰ ਦੇ ਵਿੱਚ ਤੁਹਾਨੂੰ ਘੁਮਾ ਫਿਰਾ ਕੇ ਲੈ ਸਕਦੇ ਆ। ਤਾਂ ਤੁਹਾਨੂੰ ਦੋਵੇਂ ਪਤਾ ਹੋਣਾ ਚਾਹੀਦਾ ਕਿ ਖੇਡਾਂ ਸਮਾਨ ਲਈ ਅਤੇ ਚਮੜਾ ਉਦਯੋਗ ਲਈ ਜਲੰਧਰ ਫੇਮਸ ਆ। ਪੰਜਾਬ ਦਾ ਅਰਥ ਪੁੱਛਿਆ ਸੀ ਜੀ, ਪੰਜ ਦਰਿਆਵਾਂ ਦੀ ਧਰਤੀ ਆ। ਪੰਜਾਬ ਵਿੱਚ ਰੇਤ ਖਣਿਜ ਕਿੱਥੇ ਪਾਏ ਜਾਂਦੇ ਆ ਜੀ? ਹੁਸ਼ਿਆਰਪੁਰ, ਫਾਜ਼ਿਲਕਾ, ਫਿਰੋਜ਼ਪੁਰ, ਨਵਾਂਸ਼ਹਿਰ, ਗੁਰਦਾਸਪੁਰ, ਪਠਾਨਕੋਟ, ਜਲੰਧਰ। ਇਸ ਤੋਂ ਇਲਾਵਾ ਤੁਹਾਨੂੰ ਕੋਈ ਪੁੱਛਿਆ ਜਾਵੇ ਉਹ ਗਲਤ ਆ, ਠੀਕ ਹੈ ਜੀ। ਅੱਜ ਪੁੱਛਿਆ ਇੱਕੋ ਡਿਸਟ੍ਰਿਕਟ ਪੁੱਛੀ ਸੀ ਕਿ ਸਹੀ ਆ। ਕਹਿੰਦੇ ਜਦੋਂ ਦੁੱਧ ਦਹੀਂ ਵਿੱਚ ਬਦਲਦਾ ਤਾਂ ਕਿਹੜਾ ਵਿਟਾਮਿਨ ਜ਼ਿਆਦਾ ਹੁੰਦਾ ਜੀ? ਉਹ ਹੁੰਦਾ ਜੀ B12, ਠੀਕ ਹੈ ਜੀ। ਮੈਂ ਸਾਈਡ 'ਤੇ ਕੀਤਾ ਹੈ ਜਿਹਨੂੰ। ਇੱਕ ਆਇਆ ਸੀ 2023 ਵਿੱਚ IPL ਦਾ ਉਦਘਾਟਨ ਕਿੱਥੇ ਹੋਇਆ ਜੀ? ਨਰਿੰਦਰ ਮੋਦੀ ਸਟੇਡੀਅਮ ਅਹਿਮਦਾਬਾਦ, ਗੁਜਰਾਤ ਅੰਦਰ। ਇੱਕ NCERT ਦੀ ਪੁੱਛੀ ਸਕੀਮ, ਪ੍ਰਕਾਸ਼ ਸਕੀਮ ਇੱਦਾਂ ਹੈਗੀ ਸੀ ਜੀ, ਅਤੇ ਮੈਂ ਪੁਰਾਣੀ ਜਿਹੜੀ ਵੀਡੀਓ ਬਣੀ ਹੋਈ ਨੇ ਆ, ਦੋ ਤਿੰਨ ਦਿਨ ਜਿਹੜੀ ਸ਼ਿਫਟਾਂ ਪਹਿਲਾਂ ਹੋਈਆਂ ਸੀ ਉਹਨਾਂ ਵਿੱਚ ਇਹ ਸਵਾਲ ਆਇਆ ਸੀ, ਅਤੇ ਮੈਂ ਪੂਰੀ ਡਿਟੇਲ ਦੇ ਵਿੱਚ ਦੱਸਿਆ ਸੀ ਕਿ ਕਿਹੜਾ ਕਿਹੜਾ ਹੈਗਾ, ਕਦੋਂ ਲਾਗੂ ਹੋਣੀ ਆ, ਠੀਕ ਹੈ, ਸਾਰਾ ਕੁਛ। ਪ੍ਰਤੋਸ਼ਣ ਇੱਦਾਂ ਹੈਗੀ ਕੋਈ ਸਕੀਮ, ਮੈਨੂੰ ਇਹਦੇ ਬਾਰੇ ਕਲੀਅਰ ਨਹੀਂ ਪਤਾ, ਵੈਸੇ NCERT ਤਾਂ ਉਹ ਹੀ ਆ ਸਕੀਮ। ਇੱਕ ਪੁੱਛਿਆ ਸੀ ਪੰਜਾਬ ਵਿੱਚ ਕਹਿੰਦੇ ਕਿ ਕਿੰਨੇ ਪ੍ਰਤੀਸ਼ਤ ਲੋਕ ਖੇਤੀ ਕਰਦੇ ਆ ਜੀ? 2011 ਦੇ ਡਾਟੇ ਦੇ ਅਨੁਸਾਰ 35.5% ਆ ਜੀ, ਅਤੇ ਭਾਰਤ ਦੇ ਹੈਗੇ ਟੋਟਲ 60%। ਅਤੇ ਜੇ ਆਪਾਂ ਕਰੀਏ ਟੋਟਲ ਲੈਂਗੁਏਜ ਐਗਰੀਕਲਚਰ ਲੈਂਡ ਕਿੰਨੀ ਹੈ ਪੰਜਾਬ ਦੇ ਅੰਦਰ, ਤਾਂ 4.2 million ਹੈਗੀ ਆ ਜੀ ਹੈਕਟੇਅਰ, ਅਤੇ ਜੇ ਆਪਾਂ ਗੱਲ ਕਰਦੇ ਹਾਂ 83.4%। ਅਤੇ ਮੈਥ ਦੇ ਵਿੱਚ ਗੱਲ ਕਰਦੇ ਹਾਂ ਜੀ, ਐਵਰੇਜ ਪ੍ਰੋਫਿਟ ਲੋਸ, ਇੰਟਰਸਟ, ਟਾਈਮ ਐਂਡ ਸਪੀਡ, ਟਾਈਮ ਐਂਡ ਵਰਕ, ਟਾਈਮ ਐਂਡ ਡਿਸਟੈਂਸ, ਸਿੰਪਲੀਫਿਕੇਸ਼ਨ, ਠੀਕ ਆ ਜੀ, ਅਤੇ ਡਿਸਟੈਂਸ ਨਾਲ ਸੰਬੰਧਿਤ ਆ ਗਿਆ ਜੀ। ਅਤੇ ਰੀਜ਼ਨਿੰਗ ਵਿੱਚ ਸਿਟਿੰਗ ਅਰੇਂਜਮੈਂਟ ਹੋ ਗਈ, ਬਲੱਡ ਰਿਲੇਸ਼ਨ ਹੋ ਗਿਆ, ਰੈਂਕਿੰਗ, ਕਲੈਂਡਰ, ਐਲਫਾਬੈਟ ਸੀਰੀਅਲ, ਅਤੇ ਬਾਕੀ ਇੰਗਲਿਸ਼ ਪੰਜਾਬੀ ਦਾ ਜਿੱਦਾਂ ਇੰਗਲਿਸ਼ ਦਾ ਪੈਰਾਗ੍ਰਾਫ ਆ ਰਿਹਾ ਉਹਦੇ 'ਚ ਲੱਭਣੇ ਆ, ਸਨੋਨੀ ਮਟੋਨੀਅਮ, ਪੰਜਾਬੀ ਦਾ ਸ਼ੁੱਧ ਸ਼ੁੱਧ ਗੇਤਰ ਪਛੇਤਰ ਵਗੈਰਾ ਮੁਹਾਵਰੇ ਆ ਰਹੇ ਆ। ਅਤੇ ਜਿਹੜਾ ਕੰਪਿਊਟਰ ਨਾਲ ਸੰਬੰਧਿਤ ਈਮੇਲ ਦੇ ਵਿੱਚ ਹੋ ਗਿਆ, ਪੁੱਛਿਆ ਗਿਆ ਸੀ, ਅਤੇ ਪਹਿਲਾਂ ਵੀ ਤੁਹਾਨੂੰ ਪਤਾ ਈਮੇਲ ਦੇ ਵਿੱਚ ਆ ਹੀ ਜਾਂਦਾ ਜਾਂ ਸਮਾਰਟਫੋਨ ਦੇ ਵਿੱਚ ਆ ਜਾਂਦਾ ਵਾ, ਇਸ ਕਰਕੇ ਤੁਹਾਨੂੰ ਪਤਾ ਹੋਣਾ ਚਾਹੀਦਾ ਵਾ। MS ਵਰਡ, ਐਕਸਲ ਪੁਆਇੰਟ ਦੇ ਵਿੱਚ ਪੁੱਛੇ ਜਾ ਰਿਹਾ, ਤਾਂ ਇਹ ਤੁਹਾਡੇ ਹੈਗੇ ਕਿ ਨੰਬਰ ਜਿਹੜੇ ਤੁਹਾਨੂੰ ਫਿਕਸ ਆ ਜੀ, ਇਹ ਤੁਸੀਂ ਸਟੱਡੀ ਕਰ ਸਕਦੇ ਹੋ, ਤਾਂ ਕਦੇ ਕੋਈ ਵੀ ਡਾਟਾ ਨਹੀਂ ਚੇਂਜ ਹੁੰਦਾ, ਠੀਕ ਹੈ ਜੀ। ਅਤੇ ਜਿਹੜਾ ਕੁਆਲੀਫਾਈ ਪੇਪਰ ਪੰਜਾਬੀ ਦਾ ਜੀ, ਉਹ ਕਹਿੰਦੇ ਬਹੁਤ ਈਜ਼ੀ ਆ ਰਿਹਾ ਵਾ, ਉਹ ਕਹਿੰਦੇ ਕਿ ਜਿੱਦਾਂ 60 ਮਿੰਟ ਦਿੱਤੇ ਜਾਣੇ, ਉਹ ਤਾਂ ਕਹਿੰਦੇ ਕਿ 10-15 ਮਿੰਟਾਂ ਵਿੱਚ ਕੈਂਡੀਡੇਟ ਤੁਹਾਨੂੰ ਹੱਲ ਕਰ ਲੈਂਦਾ ਵਾ। ਅਤੇ ਬਾਕੀ ਮੈਂ ਕੱਲ੍ਹ ਫਿਰ ਤੁਹਾਨੂੰ ਗੱਲ ਦੱਸੀ ਸੀ ਕਿ ਜਦੋਂ ਪੇਪਰ ਆ ਰਿਹਾ ਕੋਈ ਵੀ ਚੀਜ਼ਾਂ ਆ ਰਹੀਆਂ, ਉਹਦਾ ਜਿਹੜਾ ਵੀ ਕੋਈ ਅਰਥ ਨਿਕਲਦਾ ਪਿਆ ਜ਼ਰੂਰ ਦੇਖਾ ਕਰੋ, ਕਈ ਵਾਰ ਨਾ ਸ਼ਬਦ ਦੇ ਵਿੱਚ ਕੋਈ ਨਾ ਕੋਈ ਗਲਤੀ ਹੁੰਦੀ ਆ, ਕੋਈ ਕੰਨੇ ਦੀ ਬਿੰਦੀ ਦੀ, ਤਾਂ ਉਹ ਵੀ ਚੀਜ਼ਾਂ ਨੋਟ ਕਰਕੇ ਰੱਖੋ, ਕਿਉਂਕਿ ਬਾਅਦ ਵਿੱਚ ਇਹ ਪਛਤਾਉਣਾ ਨਾ ਪਵੇ, ਕਿਉਂਕਿ ਈਜ਼ੀ ਨੂੰ ਵਿੱਚ ਤੁਸੀਂ ਇਹ ਨਾ ਆਖੋ ਕਿ ਆਪਣਾ ਨੁਕਸਾਨ ਕਰਾ ਬੈਠੋ, ਇਹ ਤੁਸੀਂ ਜ਼ਰੂਰ ਦੇਖਿਆ ਕਰੋ, ਠੀਕ ਹੈ, ਹਰੇਕ ਚੀਜ਼ ਨੂੰ ਚੰਗੀ ਤਰ੍ਹਾਂ ਸਮਝੋ, ਕਿਉਂਕਿ ਕੁਸ਼ਚਨ ਦਾ ਆਂਸਰ ਵੀ ਲਾਉਂਦੇ ਪਏ ਉਹਨੂੰ ਪਹਿਲਾਂ ਚੰਗੀ ਤਰ੍ਹਾਂ ਦੇਖ ਕੇ ਫਿਰ ਉਹਦਾ ਆਂਸਰ ਲਾਓ ਜੀ। ਕਈ ਵਾਰ ਉਹਦਾ ਅਰਥ ਕੋਈ ਹੋਰ ਪੁੱਛਾਂਦਾ, ਆਪਾਂ ਹੋਰ ਦਾ ਆਂਸਰ ਦੇ ਆਉਂਦੇ ਹਾਂ, ਫਿਰ ਆਪਾਂ ਬੋਲਦੇ ਕਿ ਹਾਂ ਇਹਦਾ ਆਂਸਰ ਇਹ ਸੀ, ਪਰ ਉਸ ਸਵਾਲ ਨੂੰ ਵੀ ਪੜ੍ਹੋ, ਠੀਕ ਹੈ ਜੀ। ਅਤੇ ਬਾਕੀ ਆ ਕਿ ਆਲ ਦੀ ਬੈਸਟ, ਆਪਣੀ ਤਿਆਰੀ ਕਰਦੇ ਰਹੋ ਸਾਰੇ ਜਣੇ ਜੀ। ਅਤੇ ਬਾਕੀ ਇਹਦੀ ਮੈਂ ਫੋਟੋ ਟੈਲੀਗ੍ਰੁੱਪ 'ਤੇ ਪਾ ਦਾਂਗੇ, ਤੁਸੀਂ ਉੱਥੋਂ ਦੇਖ ਸਕਦੇ ਹੋ ਜੀ।